ਮੈਂ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ। ਅੱਜ ਦਾ ਜਿਹੜਾ ਸਾਡਾ ਇਹ ਸੱਦਾ, ਇਹ ਦੋ ਫੋਰਮਾਂ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ, ਜਿਨ੍ਹਾਂ ਵੱਲੋਂ ਪਿਛਲੇ ਨੌ ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਮੋਰਚਾ ਚਲਾਇਆ ਜਾ ਰਿਹਾ ਸਰਕਾਰ ਤੋਂ ਮੰਗਾਂ ਮਨਵਾਉਣ ਲਈ, ਇਹ ਉਹਨਾਂ ਵੱਲੋਂ ਸੱਦਾ ਦਿੱਤਾ। ਕਿਉਂਕਿ ਅੱਜ ਦੇ ਦਿਨ 3 ਤਰੀਕ ਨੂੰ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਸਾਡੇ 4 ਕਿਸਾਨ ਆਗੂਆਂ 'ਤੇ 1 ਪੱਤਰਕਾਰ ਵੀਰ 'ਤੇ ਗੱਡੀ ਚੜ੍ਹਾਈ ਸੀ ਇੱਥੋਂ ਦੇ ਮੰਤਰੀ ਦੇ ਮੁੰਡੇ ਨੇ, ਪਰ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਲਈ ਸੈਂਟਰ ਸਰਕਾਰ ਨੂੰ ਚੇਤਾਵਨੀ ਦੇਣ ਲਈ 2 ਘੰਟਿਆਂ ਦਾ ਸਾਡਾ ਇਹ ਸੱਦਾ, 12:30 ਤੋਂ ਲੈ ਕੇ 2:30 ਤੱਕਰ, ਅਤੇ ਨਾਲ ਇਹਦੇ ਜਿਹੜਾ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਝੋਨਾ ਮੰਡੀਆਂ 'ਚ ਪਹੁੰਚਣ ਵਾਲਾ ਹੈ, ਪਰ ਸਰਕਾਰ ਨੇ ਹਜੇ ਸੈਲਰਾਂ ਵਾਲਿਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ, ਸਰਕਾਰ ਨੇ ਹਜੇ ਮਜ਼ਦੂਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ, ਅਤੇ ਮੰਡੀਆਂ ਦੇ ਵਿੱਚ ਝੋਨਾ 1 ਤਰੀਕ ਰੱਖੀ ਸੀ, ਪਰ ਹਜੇ ਕੋਈ ਮੰਡੀ ਚੱਲ ਨਹੀਂ ਰਹੀ। ਅਤੇ ਖਾਦਸ਼ਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਸੈਲਰ ਯੂਨੀਅਨ ਦੀ ਹੜਤਾਲ ਚੱਲ ਰਹੀ ਹੈ, ਇਸ ਲਈ ਉਹ ਵੀ ਕਹਿ ਰਹੇ ਕਿ ਝੋਨਾ ਲਗਾਉਣਾ ਨਹੀਂ ਅਤੇ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ। ਇਸ ਲਈ ਸਾਡੀ ਸਰਕਾਰ ਨੂੰ ਚੇਤਾਵਨੀ ਹੈ ਵੀ ਹੁਣੇ ਹੀ ਪ੍ਰਬੰਧ ਕਰੋ, ਚਾਹੇ ਉਹਨਾਂ ਨਾਲ ਗੱਲਬਾਤ ਚਲਾ ਕੇ ਉਹਨਾਂ ਦੇ ਮਸਲੇ ਹੱਲ ਕਰੋ, ਚਾਹੇ ਮੋਚਰ ਵਧਾ ਕੇ ਤਾਂ ਕਿਸਾਨਾਂ ਦਾ ਮਸਲਾ ਹੱਲ ਕਰੋ। ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਮੰਡੀਆਂ 'ਚ ਰੁਲਦੇ ਆ ਤਾਂ ਇੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੋਊ ਅਤੇ ਇੱਦੋਂ ਵੱਡੇ ਸੰਘਰਸ਼ ਹੋਣਗੇ। ਦੂਜਾ ਮਸਲਾ ਸਾਡਾ ਜਿਹੜਾ ਪਰਾਲੀ ਦਾ ਮਸਲਾ ਹੈ, ਜਿਹੜਾ ਆਏ ਸਾਲ ਸਰਕਾਰ ਦੀ ਅਤੇ ਕਿਸਾਨਾਂ ਦੇ ਗਲੇ ਦੀ ਹੱਡੀ ਬਣਦਾ, ਕਿਉਂਕਿ ਇਹਦੇ 'ਚ ਨਲਾਇਕੀ ਪੰਜਾਬ ਸਰਕਾਰ ਦੀ ਹੈ, ਮਸ਼ੀਨਰੀ ਮੁਹੱਈਆ ਨਹੀਂ ਕਰਵਾ ਰਹੇ, ਕੋਈ ਕਿਸਾਨ ਨੂੰ ਚਾਅ ਨਹੀਂ ਅੱਗ ਲਾਉਣ ਦਾ, ਕਿਸਾਨ ਪ੍ਰਦੂਸ਼ਣ ਦੇ ਹਾਮੀ ਨਹੀਂ, ਅਸੀਂ ਵੀ ਇਸ ਸਿਸਟਮ ਦੇ ਵਿੱਚ ਰਹਿਣਾ, ਉੱਥੇ ਹੀ ਸਾਹ ਲੈਂਦੇ ਹਾਂ। ਪਰ ਜਿਹੜਾ ਛੋਟਾ ਕਿਸਾਨ ਹੈ, ਜਿਹਦੇ ਕੋਲ ਨਾ ਕੋਈ ਮਸ਼ੀਨਰੀ ਹੈ ਨਾ ਕੋਈ ਉਸ ਪੱਧਰ ਦਾ ਟਰੈਕਟਰ ਹੈ, ਉਹ ਵਿਚਾਰਾ ਕੀ ਕਰੇ, ਉਹਨੂੰ ਮਹਿੰਗਾ ਪੈਂਦਾ ਜੇ ਸਾਰਾ ਕੁਛ ਬਾਹਰ ਕੱਢ ਕੇ ਕੋਈ ਆਪਦਾ ਉਹ ਗਾਹਾਂ ਬੀਜਦਾ, ਕਣਕ ਬਿਜਾਈ ਦਾ ਟਾਈਮ ਥੋੜ੍ਹਾ ਹੁੰਦਾ, ਇਸ ਲਈ ਫਿਰ ਉਹਦੇ ਕੋਲ ਮਜਬੂਰੀ ਬਸ ਤੀਲੀ ਤੋਂ ਬਿਨਾਂ ਕੋਈ ਹੱਲ ਨਹੀਂ ਰਹਿੰਦਾ। ਇਸ ਲਈ ਸਾਡੀ ਸਰਕਾਰ ਨੂੰ ਚੇਤਾਵਨੀ ਹੈ ਕਿ ਛੋਟੇ ਕਿਸਾਨੀ ਦਾ ਛੇਤੀ ਪ੍ਰਬੰਧ ਨਾਲ ਕਰੋ, ਹਰੇਕ ਪਿੰਡਾਂ 'ਚ ਮਸ਼ੀਨਰੀ ਮੁਹੱਈਆ ਕਰਵਾਓ, ਅਤੇ ਨਹੀਂ ਜੇ ਨਹੀਂ ਤੁਸੀਂ ਇਸ ਗੱਲ 'ਚ ਨਲਾਇਕ ਨਿਕਲੇ ਤਾਂ ਫਿਰ ਕਿਸਾਨਾਂ ਦੀ ਮਜਬੂਰੀ ਬਣਨੀ ਆ ਅੱਗ ਲਾਉਣ ਦੀ, ਅਤੇ ਜਥੇਬੰਦੀ ਨੂੰ ਉਹਨਾਂ ਦੇ ਹੱਕ 'ਚ ਖੜਨਾ ਪੈਣਾ। ਤੀਜਾ ਮਸਲਾ ਜਿਹੜਾ ਅੱਜ DAP ਦੇ ਸੈਂਪਲ ਫੇਲ ਹੋ ਚੁੱਕੇ ਆ, ਅਤੇ DAP ਆ ਜਿਹੜੀ ਉਹ ਬਾਜ਼ਾਰ ਦੇ ਵਿੱਚ ਜਿਹੜੀ ਵਿਕ ਰਹੀ ਹੈ ਉਹਦੇ ਨਾਲ ਨੈਣੋ ਅਤੇ ਹੋਰ ਚੀਜ਼ਾਂ ਮੜੀਆਂ ਜਾ ਰਹੀਆਂ। ਇਸ ਲਈ ਅਸੀਂ ਕਹਿੰਦੇ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਮਾੜੀ ਹੈ, ਨੈਣੋ ਨੂੰ ਯੂਨੀਵਰਸਿਟੀ ਨੇ ਰਿਜੈਕਟ ਕੀਤਾ ਹੋਇਆ, ਜਿਹੜੀ ਧੱਕੇ ਨਾਲ ਇੱਥੋਂ ਦੀਆਂ ਕੰਪਨੀਆਂ ਏਜੰਸੀਆਂ ਮੜ ਰਹੀਆਂ, ਪਰ ਸਰਕਾਰ ਦੀ ਮਿਲੀ ਜੁਲੀ ਭੁਗਤ ਨਾਲ ਇਹ ਸਭ ਕੁਛ ਚੱਲ ਰਿਹਾ। ਸਰਕਾਰ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ, ਸਰਕਾਰ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਸਰਕਾਰ ਉਹਨਾਂ 'ਤੇ ਨਕੇਲ ਨਹੀਂ ਕੱਸ ਰਹੀ, ਇਸ ਲਈ ਉਹ ਕਿਸਾਨਾਂ ਦੀ ਸਿੱਧੇ ਤੌਰ 'ਤੇ ਲੁੱਟ ਹੈ। ਇੱਕ ਤਾਂ ਜਿਹੜੀ ਨੈਨੋ 600 ਰੁਪਈਆ ਕਿਸਾਨਾਂ ਦਾ ਵਾਧੂ ਦਾ ਖਰਚਾ ਹੈ, ਅਤੇ ਇੱਕ ਜਿਹੜੀ ਡੁਪਲੀਕੇਟ ਰਹੇ ਨਾ ਫਸਲ ਦਾ ਨੁਕਸਾਨ ਹੋਣਾ, ਉਹ ਵੱਖਰਾ ਹੈ। ਇਸ ਲਈ ਇਹ 3 ਮੰਗਾਂ 'ਤੇ ਪੰਜਾਬ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਵੀ ਇਹਦਾ ਜਲਦੀ ਹੱਲ ਕਰੇ, ਨਹੀਂ ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਦਾ 2 ਘੰਟੇ ਦਾ ਅੰਸ਼ਕ ਕਰਕੇ ਚੇਤਾਵਨੀ ਦਿੱਤੀ ਹੈ, ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਣਾ। ਜਿਹੜਾ ਸਾਡੇ ਮੋਰਚੇ ਵੱਲੋਂ ਸੱਦਾ ਆਇਆ ਉਸ 'ਤੇ ਅਸੀਂ ਫੁੱਲ ਚੜ੍ਹਾਵਾਂਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਦਾਣਾ ਦਾਣਾ ਚੁਕਾਵਾਂਗੇ, ਦਾਣਾ ਦਾਣਾ ਪਰਾਲੀ ਸਾਂਭਣ ਲਈ ਸਰਕਾਰ ਨੂੰ ਮਜਬੂਰ ਕਰਾਂਗੇ, ਅਤੇ ਨਾਲ ਜਿਹੜਾ ਇਹ DAP ਦਾ ਇਹਦਾ ਵੀ ਕੋਈ ਹੱਲ ਸਰਕਾਰ ਤੋਂ ਕਢਵਾਵਾਂਗੇ।